ਬਾਦਸ਼ਾਹੀਆਂ ਰੁਸ ਜਾਂਦੀਆਂ ਸੁਣੋ ਗੱਲ ਚਾਚਾ ਰੱਬ ਰੁਸ ਜਾਵੇ ਬਾਦਸ਼ਾਹੀਆਂ ਰੁਸ ਜਾਂਦੀਆਂ ਕਿ ਗੁਰੂ ਰੁਸ ਜਾਵੇ ਵਡਿਆਈਆਂ ਰੁਸ ਜਾਂਦੀਆਂ ਰੱਬ ਰੁਸ ਜਾਵੇ ਬਾਦਸ਼ਾਹੀਆਂ ਰੁਸ ਜਾਂਦੀਆਂ ਗੁਰੂ ਰੁਸ ਜਾਵੇ ਵਡਿਆਈਆਂ ਰੁਸ ਜਾਂਦੀਆਂ ਮਾਪੇ ਰੁਸ ਜਾਣ ਤਾਂ ਖੁਦਾਈਆਂ ਰੁਸ ਜਾਂਦੀਆਂ ਮਾਪਿਆਂ ਦਾ ਦਿਲ ਨਾ ਦਿਖਾਇਓ ਸੋਹਣੇ ਹੋਏ ਕਿਤੇ ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣੇ ਸਾਰੀ ਮਾਰੇ ਕਰੀ ਮਾਪੋ ਦੇ ਨਾਂ ਦੀ ਆਪਣੇ ਆਪਣੇ ਮਾਪੋ ਦੇ ਨਾਂ ਦੀ ਜਿਨ੍ਹਾਂ ਨੇ ਜਨਮ ਦਿੱਤਾ ਔਰ ਆਪਾਂ ਨੇ ਜੱਗ ਦਿਖਾਇਆ ਜੇ ਮਾਂ ਪਿਓ ਜਨਮ ਨਾ ਦਿੰਦੇ ਉਹਦੇ ਦਾ ਅੱਜ ਆਪਾਂ ਮੇਲਾ ਨਾ ਵੇਖ ਪਾਉਂਦੇ ਜਿਹੜਾ ਸਾਲ ਬਾਅਦ ਹੁੰਦਾ ਇਹਨਾਂ ਦੇ ਕਰਮ ਸਰਕਾਰਾਂ ਦੇ ਉਹ ਤਾੜੀ ਮਾਰੇ ਜੋੜਦੇ ਨੇ ਆਓ ਸਰਕਾਰਾਂ ਦੇ ਦਰਬਾਰ ਤੇ ਪੀਰ ਮਰੀਦ ਬਾਬਾ ਟੋਲੀਸ਼ਾ ਸਰਕਾਰ ਸਾਡੇ ਬਾਪੂ ਜੀ ਬਾਪੂ ਸਰਦਾਰ ਕਾਲਾ ਸਿੰਘ ਜੀ ਜਿਨ੍ਹਾਂ ਦੀ ਫੁਲਵਾੜੀ ਔਰ ਅੱਜ ਗੱਦੀ ਨਿਸ਼ੀਨ ਸਾਡੇ ਬਾਬਾ ਜੀ ਬਾਬਾ ਜਸਪਾਲ ਕੌਰ ਜੀ ਤਾੜੀ ਮਾਰੋ ਭਾਈ ਇੱਕ ਪਰਿਵਾਰ ਵਾਸਤੇ ਜਿਉਂਦੇ ਰਹੋ ਔਰ ਸਾਡਾ ਜਿੰਨਾ ਵੀ ਪਰਿਵਾਰ ਦਾਦਕਾ ਪਰਿਵਾਰ ਜਿੰਨਾ ਵੀ ਸਾਰਾ ਪਰਿਵਾਰ ਨਾਨਕਾ ਪਰਿਵਾਰ ਰਲ ਮਿਲ ਕੇ ਅੱਜ ਇੱਥੇ ਪਹੁੰਚੇ ਆ ਸਾਰਿਆਂ ਦਾ ਹੀ ਬਹੁਤ ਬਹੁਤ ਪਰਿਵਾਰ ਵੱਲੋਂ ਬਹੁਤ ਬਹੁਤ ਆਇਆਂ ਦਾ ਅਸੀਂ ਜੀ ਆਇਆ ਆਖਦੇ ਉਹਨਾਂ ਨੂੰ ਔਰ ਕਿ ਅਸੀਂ ਉਹਨਾਂ ਵਾਸਤੇ ਇੱਕ ਸੋਚਣ ਵਾਲੀ ਗੱਲ ਹੈ ਕਹਿੰਦੇ ਹੱਥ ਹੱਥ ਜੋੜਿਆ ਜਿਹੜਾ ਮੰਨ ਜੇ ਹੱਥ ਜੋੜਿਆ ਜਿਹੜਾ ਤਰਲਾ ਪਾਉਣ ਨਾਲ ਜਿਹੜਾ ਮੰਨ ਜੇ ਉਹਦੇ ਵਰਗਾ ਕੋਈ ਫਕੀਰ ਨਹੀਂ ਹੋਇਆ ਸੱਚ ਜਾਣੋ ਜਿਹੜਾ ਨੀਵਾਂ ਹੋ ਕੇ ਆ ਗਏ ਬੋਲੋ ਸੱਚੇ ਦਰਬਾਰ ਕੀ ਆਪਾਂ ਅੱਜ ਸਾਰੇ ਜਣੇ ਮੇਰੀਆਂ ਸਰਕਾਰਾਂ ਦਾ ਭੰਡਾਰਾ ਕੀਤਾ ਆਪਾਂ ਸਾਰੇ ਜਣੇ ਰਲ ਮਿਲ ਕੇ ਅੱਜ ਤੁਸੀਂ ਸਾਰਿਆਂ ਦਾ ਸੰਯੋਗ ਹੈ ਜੀ ਅੱਜ ਇਹ ਸਾਰਿਆਂ ਦਾ ਸੰਯੋਗ ਹੈ ਜਿੰਨੇ ਵੀ ਸਾਧ ਸੰਗਤ ਬੈਠੀ ਹੈ ਇਹ ਸਾਰਿਆਂ ਦਾ ਸੰਯੋਗ ਹੈ ਸਾਰਿਆਂ ਦਾ ਪਿਆਰ ਹੈ ਤੁਸੀਂ ਆ ਕੇ ਸਾਰਿਆਂ ਨੇ ਅੱਜ ਰੌਣਕ ਵਧਾਈ ਹੈ ਆਪਣੇ ਆਪਣੇ ਨਾਂ ਦੀ ਤਾੜੀ ਮਾਰੋ ਜੋੜਦੇ ਨੇ ਸਾਰੇ ਜਣੇ ਆਓ ਜਾਂਦੇ ਰਹੋ ਗੱਦੀ ਦੀਆਂ ਮਾਲਕਾਂ ਨੂੰ ਯਾਦ ਕਰਦਾ ਹੋਇਆ ਬਜ਼ੁਰਗ ਨੂੰ ਯਾਦ ਕਰਦਾ ਹੋਇਆ ਮੇਰੀ ਸਰਕਾਰ ਪੀਰ ਮਰੀਦ ਬਾਬਾ ਢੋਲੇਸ਼ਾ ਸਰਕਾਰ ਪੀਰ ਮਰੀਦ ਦਰਬਾਰ ਤੋਂ ਸਾਈਂ ਸੱਚੀ ਸਰਕਾਰ ਬਾਬੂ ਢੋਲੇਸ਼ਾ ਸਰਕਾਰ ਬਾਬਾ ਨਾਨਕ ਸ਼ਾਹ ਅੰਬੇਦ ਜਿਨ੍ਹਾਂ ਦੇ ਔਰ ਅੱਜ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਮੇਰੀ ਮਾਂ ਪਹੁੰਚੀ ਹੈ ਮਾਤਾ ਪਹੁੰਚੀ ਸਾਡੇ ਸੋ ਆਪਾਂ ਸਾਰੇ ਜਣੇ ਨੇ ਆਇਆਂ ਦਾ ਸਵਾਗਤ ਵੀ ਕਰਨਾ ਭਾਈ ਤੇ ਆਓ ਗੱਦੀ ਦੇ ਮਾਲਕ ਨੂੰ ਸਰਕਾਰ ਅਜਾਜ਼ਤ ਹੈ ਜੀ ਅਜਾਜ਼ਤ ਆਓ ਗੱਦੀ ਦੇ ਮਾਲਕ ਨੂੰ ਯਾਦ ਕਰੀਏ ਵੱਟ ਵਡੇਰੇ ਨੂੰ ਯਾਦ ਕਰੀਏ ਉਹ ਆਪਣੇ ਆਪਣੇ ਬਜ਼ੁਰਗ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਮੰਨਦੇ ਹੋ ਬੋਲੋ ਸੱਚੇ ਦਰਬਾਰ ਕੀ ਜੈ ਆਓ ਸਾਰਿਆਂ ਦੇ ਘਰ ਆਪਣੇ ਆਪੋ ਆਪਣੇ ਸਾਹਿਬਾਂ ਸੇਵਾ ਕਰਦੇ ਆ ਆਪਣੇ ਆਪਣੇ ਘਰ ਦੇ ਵਿੱਚ ਮਾਲਕਾਂ ਦੀਆਂ ਆਪਣੀਆਂ ਗੱਦੀਆਂ ਨਹੀਂ ਮਾਲਕਾਂ ਦੀਆਂ ਗੱਦੀਆਂ ਹੁੰਦੀਆਂ ਵੱਡ ਵਡੇਰਿਆਂ ਦੀਆਂ ਗੱਦੀਆਂ ਆਈਆਂ ਜਿਹੜੀਆਂ ਚੱਲੀਆਂ ਜਾ ਰਹੀਆਂ ਆਪਣੀ ਕੋਈ ਗੱਦੀ ਨਹੀਂ ਹੈ ਬੋਲੋ ਸੱਚੇ ਦਰਬਾਰ ਕੀ ਆਓ ਸਰਕਾਰ ਦੇ ਦਰਬਾਰ ਦੇ ਗੱਦੀ ਦੇ ਬਜ਼ੁਰਗ ਨੂੰ ਉਸ ਵੱਡ ਵਡੇਰੇ ਨੂੰ ਸੱਚੀ ਸਰਕਾਰ ਨੂੰ ਜਿਹੜਾ ਪਿੱਤਰ ਹੁੰਦਾ ਜਿਹੜਾ ਵੱਡ ਵਡੇਰਾ ਹੁੰਦਾ ਜਿਹਨੂੰ ਪਿੱਤਰ ਕਹਿੰਦੇ ਉਹ ਪਵਿੱਤਰ ਹੁੰਦਾ ਜਿਹੜਾ ਪਿੱਤਰ ਹੁੰਦਾ ਉਹ ਪਵਿੱਤਰ ਹੁੰਦਾ ਤੇ ਪਵਿੱਤਰ ਹੁੰਦਾ ਜਿਹੜਾ ਉਹ ਮਾਲਕ ਨੂੰ ਯਾਦ ਕਰਦਾ ਹੁੰਦਾ ਉਹ ਮਾਲਕ ਦੇ ਨਾਲ ਰਹਿੰਦਾ ਮਾਲਕ ਦੇ ਅੰਗ ਸੰਗ ਰਹਿੰਦਾ ਮਾਲਕ ਹੀ ਉਹ ਹੁੰਦਾ ਜਿਹੜਾ ਪਿੱਤਰ ਹੋਏ ਬੋਲੋ ਸੱਚੇ ਦਰਬਾਰ ਕੀ ਤੇ ਆਓ ਬਜ਼ੁਰਗ ਨੂੰ ਯਾਦ ਕਰਦਾ ਹੋਇਆ ਮੈਂ ਵੱਡ ਵਡੇਰੇ ਨੂੰ ਯਾਦ ਕਰਦਾ ਹੋਇਆ ਸਰਕਾਰ ਦੇ ਦਰਬਾਰ ਤੇ ਦੀਵਾਨ ਸਜਿਆ ਮੇਰੇ ਪੀਰ ਦਾਤਾ ਲੱਖਾਂ ਦੇ ਦਾਤੇ ਲੱਖਾਂ ਦੀ ਸੱਚੀ ਸਰਕਾਰ ਲੱਖ ਦਾਤਾ ਪੀਰ ਬਲਾਲਾ ਵਾਲੀ ਸਰਕਾਰ ਹਾਜ਼ਰ ਨਾਜ਼ਰ ਜਿਨ੍ਹਾਂ ਨੂੰ ਆਪਾਂ ਮੰਨ ਕੇ ਅੱਜ ਇਹ ਭੰਡਾਰਾ ਕਰਾਇਆ ਮਾਲਕਾ ਲੇਖੇ ਲਾਈ ਸਾਰੇ ਜਣੇ ਨੇ ਦੁਆਵਾਂ ਕਰਨੀਆਂ ਸਾਰੇ ਜਣੇ ਨੇ ਅੱਜ ਇਸ ਪਰਿਵਾਰ ਵਾਸਤੇ ਮਾਲਕ ਅੱਗੇ ਇਹੀ ਅਰਦਾਸ ਕਰਨੀ ਮਾਲਕਾ ਜੋ ਵੀ ਇਹ ਤੇਰੇ ਦਰਬਾਰ ਤੇ ਜੋ ਵੀ ਤੇਰੇ ਘਰ ਖਜ਼ਾਨੇ ਦੇ ਵਿੱਚ ਇਸ ਪਰਿਵਾਰ ਨੇ ਤਿਲ ਫੁੱਲ ਲਾਇਆ ਉਹ ਮਾਲਕਾ ਮਨਜ਼ੂਰ ਕਰੀ ਅੱਜ ਕਬੂਲ ਕਰੀ ਅੱਜ ਮਨਜ਼ੂਰ ਕਰੀ ਆ ਸਾਰੇ ਜਣੇ ਨੇ ਮਨਜ਼ੂਰ ਕਰਾਉਣਾ ਪਰ ਰਲ ਮਿਲ ਕੇ ਬੋਲੋ ਸੱਚੇ ਦਰਬਾਰ ਕੀ ਆਓ ਸਰਕਾਰਾਂ ਦੇ ਦਰਬਾਰ ਤੇ ਹਾਜ਼ਰੀ ਹਜ਼ੂਰ ਦੇ ਸਰਨਾ ਦੇ ਵਿੱਚ ਤੁਹਾਡੀ ਨਜ਼ਰ ਕਰਨ ਜਰੇ ਅੱਜ ਗੌਰ ਫਰਮਾ ਅੱਜ ਗੱਦੀ ਦੇ ਬਜ਼ੁਰਗ ਮੇਰੇ ਦਾਤਾ ਨੇ ਆਪਣੇ ਮੰਗਤਿਆਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਬੱਚਿਆਂ ਨੂੰ ਜੋ ਕੁਝ ਦਿੱਤਾ ਵੱਖੋ ਵੱਖ ਦਿੱਤਾ ਉਹਨੇ ਵੰਡ ਕੇ ਦਿੱਤਾ ਆਪਾਂ ਸਾਰੇ ਵੇਖੀ ਸੁਣੋ ਮੇਰੇ ਦਾਤਾ ਨੇ ਆਪਣੇ ਮੰਗਤਿਆਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਬੱਚਿਆਂ ਨੂੰ ਜੋ ਕੁਝ ਦਿੱਤਾ ਵੱਖੋ ਵੱਖ ਦਿੱਤਾ ਉਹਦੀ ਵੰਡ ਨੂੰ ਸਮਝਣਾ ਬੜਾ ਮੁਸ਼ਕਿਲ ਕਿਤੇ ਲੱਖ ਦਿੱਤਾ ਕਿਤੇ ਕੱਖ ਦਿੱਤਾ ਆ ਭਰਿਆ ਦਿਲ ਸੀ ਦਿੱਤਾ ਮੁਹੱਬਤਾਂ ਦਾ ਭਰਿਆ ਦਿਲ
سی دیتا محبتان دا سانو لکھ دا بھی سوا لکھ دیتا او بڑا چاہ سی شوق سی سکھ دیا دا خورے کتے کتے مطا رکھ دیتا خورے کتے کتے مطا رکھ دیتا خورے کتے کتے مطا رکھ دیتا او یہ کیا یہ سنگتا دور دور تو آئیاں دیریاں کیڑیاں گلا تو لائیاں تیرے سر تے مان وڑی آئیاں تو مکھوں بول دا کیوں نہیں ہوئے میرے گدی دیا بجرگ ہے کنڈی کھول دا کیوں نہیں آو سرکارا دینا دی تاری مارو سر جنے آو بکر مجھا ਕਿਹੜੀ ਗੱਲ ਦੀ ਚੋਰੀ ਓਏ ਬਾਬਾ ਤੂੰ ਇਲਮਾ ਦਾ ਮੋਰੀ ਕਹਿੰਦੇ